ਨਹੀਂ ਮੇਰੇ ਸਾਥ ਇਹ ਕੀ ਫਲਾਣੇ ਨੇ ਮੇਰੇ ਸਾਥ ਕਿਸੇ ਨੇ ਕੁਝ ਨਹੀਂ ਕੀਤਾ ਕਿਉਂਕਿ ਮੇਰੀ ਨਸੀਬ ਮੇ ਜੋ ਹੁੰਦਾ ਨਾ ਵਹੀ ਹੁੰਦਾ ਹੈ ਠੀਕ ਹੈ ਅੱਜ ਮੈਂ ਸਿਸਟਮ ਖੋਲਾ ਵਜੀ ਥੋੜਾ ਜਿਹਾ ਮਜਬੂਰੀ ਹੈ ਜੀ ਮੇਰੀ ਖੋਲਣਾ ਠੀਕ ਹੈ ਮਾਤ ਜੀ ਨੇ ਜੀ ਖਿਆਲ ਰੱਖਿਆ ਜੇ ਕਿ ਮੈਨੂੰ ਕਿਸੇ ਉਂਗਲ ਦੀ ਥੀਏ ਤੇ ਮੈਂ ਕਿਸੇ ਦੇ ਅਗੇਂਸਟ ਗੱਲ ਕਰਾਂ ਮੈਂ ਕਿਸੇ ਦੇ ਅਗੇਂਸਟ ਨਹੀਂ ਗੱਲ ਕਰਾਂਗਾ ਜਿਸ ਬੰਦੇ ਦੇ ਅਗੇਂਸਟ ਗੱਲ ਹੋਵੇਗੀ ਉਹਨੂੰ ਆਪ ਹੀ ਪੀ ਚੁਬੇਗੀ ਠੀਕ ਹੈ ਜੀ ਬਾਬਾ ਜੀ ਪੀਰ ਦੀ ਵੀਡੀਓ ਵੇਖੀ ਮੈਂ ਸਬਦ ਤੋਂ ਪਹਿਲਾਂ ਇੱਕ ਮੇਰੀ ਗੱਲ ਸੁਣਨੀ ਹੈ ਸਾਰੇ ਗਿਫਟਰ ਇਕੁਅਲ ਨੇ ਮੇਰੀ ਨਜ਼ਰ ਵਿੱਚ ਜਿਸ ਬੰਦੇ ਨੇ ਗਿਫਟਿੰਗ ਕੀਤੀ ਮੈਨੂੰ ਸਾਰੇ ਬੰਦੇ ਇੱਕ ਬਰਾਬਰ ਨੇ ਪੀਰ ਦੀ ਵੀਡੀਓ ਵੇਖੀ ਹੈ ਜੀ ਜਿਸ ਵਿੱਚ ਫੋਲਟਨ ਵੀ ਬੈਠਾ ਹੈ ਖਾਨ ਦਾ ਸ਼ੇਰ ਵੀ ਬੈਠਾ ਹੈ ਬਰਲਨ ਵੀ ਬੈਠਾ ਹੈ ਠੀਕ ਹੈ ਬੈਠੇ ਨੇ ਜੀ ਆਫਕੋਰਸ ਜੀ ਪਤਲੂ ਵੀ ਕੀ ਗਲਤੀ ਹੈ मानता हूँ जी पतलू की भी गलती है जी इसमें बरलिन ने उन्होंने कहा कि पीर नु यार के सारी गलती साड़ी नहीं पतलू की भी बिल्कुल जी पतलू की गलती भी है पतलू की की गलती है जी उसने आइडिया डिलीट नहीं की अगर वो आइडिया डिलीट कर देता शायद इस मसले में ना पड़ता राइट अच्छा जी बाबा जी वेखो ਮੈਂ ਹਮੇਸ਼ਾ ਸੱਚ ਦੀ ਸੱਚ ਗੱਲ ਕਰਨੀ ਮੈਂ ਝੂਠ ਝੂਠੇ ਤੇ ਖੁਦਾ ਦੀ ਲਾਣਤ ਹੈ ਜੀ ਮੇਰੀ ਤੌਣ ਲੈ ਜਾਏਗੀ ਮੈਂ ਝੂਠ ਨਹੀਂ ਮਾਰਨਾ ਇਸ ਗੱਲ ਦਾ ਗਵਾ ਕਿੰਗ ਇਜ਼ ਬੈਕ ਜਿਹਦੇ ਮੁਲਖ 'ਚ ਮੈਂ ਬਿਠਾ ਆ ਕੇ ਵੇਟ ਇਨ ਦ ਵੀਟਿੰਗ ਟਿਕਟ ਉਸ ਬੰਦੇ ਨੂੰ ਕਸਮ ਚ ਕਾ ਲੋ ਆ ਕੇ ਮੋਬਾਈਲ ਉਸ ਬੰਦੇ ਨੂੰ ਫੜਾ ਦਿੱਤਨ ਉਹਨਾਂ ਬੰਦਿਆਂ ਖੁਦ ਆਈਡੀਆ ਡਿਲੀਟ ਪ੍ਰਾਈਵੇਟ ਕੀਤੀਆਂ ਮੈਂ ਮੁੜ ਗਿਆ ਠੀਕ ਹੈ ਜਦੋਂ ਉਸਤਾਦ ਜੀ ਆਖਿਆ ਮੈਂ ਦੁਬਈ ਆਇਆ ਜਦੋਂ ਆਖਿਆ ਮੈਂ ਲਗਾ ਗਿਆ ਜਿਸ ਟਾਈਮ ਆਖੇ ਮੈਂ ਦੁਪਈ ਆਇਆ ਠੀਕ ਹੈ ਹਰ ਗੱਲ ਮੰਨੀ ਬਾਅਦ ਵਿੱਚ ਖਾਨ ਦੇ ਚੇਰ ਬਰੋਡ ਤੇ ਚੜ ਕੇ ਆ ਕੇ ਆ ਕੇ ਪਤਲੂ ਸਾਡੀ ਬਾਤ ਨਹੀਂ ਮੰਨਤਾ ਠੀਕ ਹੈ ਗਲਤ ਕਰ ਲੇ ਮੈਂ ਅੱਜ ਤੱਕ ਮੈਂ ਇਹਨਾਂ ਨੂੰ ਨੁਕਸਾਨ ਚਲਿਆ ਮੈਂ ਅਜੇ ਤੱਕ ਉਫ ਨਹੀਂ ਕੀਤਾ ਇਹ ਬੜੇ ਗੁਰਦੇ ਵਾਲਾ ਬੜੇ ਗੁਰਦੇ ਵਾਲਾ ਜਵਾਨ ਵਜੋਂ ਇਹ ਨੁਕਸਾਨ ਚਲਦਾ ਠੀਕ ਹੈ ਲਿਆਦਾ ਮੈਂ ਫਿਰ ਵੀ ਕਿਸੇ ਦੇ ਅਗੇਂਸਟ ਗੱਲ ਨਹੀਂ ਕਰਾਂਗਾ ਮੈਂ ਉਸ ਲਿਸਟ 'ਚ ਨਹੀਂ ਆਉਣਾ ਚਾਹੁੰਦਾ ਕਿ ਲੋਕੀ ਆਖਣ ਕਿ ਯਾਰ ਇਹ ਗਿਫਟਰੋ ਕੋ ਬਦਤਮੀਜ਼ੀ ਕਰਦਾ ਨਹੀਂ ਵੀ ਜਿਸ ਬੰਦੇ ਜੋ ਕੀਤਾ ਉਹਦੀ ਬੜੀ ਮਿਹਰਬਾਨੀ ਲਾ ਜੇ ठीक है लिहाजा फोल्टोन ने पीर टिकट छी जजे टिकटॉक छी छड़ के गए ठीक है जी फोल्टोन भाई कहते हो मुझे कि ये मेरा भाई है और ऊपर से उसको पंप का रहे हो अगर ये मर्द हुए तो ये दोबारा नहीं आएंगे भाई आप क्या लेने आए हो टिकटॉक पे मुझे पूछ के छोड़ी सी टिकटॉक मुझे बताया था मैं टिकट छोड़ रहा हूं मेरे पास कुछ कोई कुछ बंदे तो रहने दो अगर मुझे भाई भी कहते हो फिर पीछे से ये भी कहते हो जाके पतलू से पूछो मैं नुकसान चलिया मैं अपने सिर तो चलिया ਮਾਫ਼ ਤੱਕ ਨਹੀਂ ਕੀਤੀ ਮੈਂ ਕਿਸੇ ਦੀ ਬਰੋੜ ਤੇ ਜਾ ਕੇ ਨਹੀਂ ਆਖਿਆ ਕਿ ਯਾਰ ਇਹਨਾਂ ਮੈਂ ਨਜ਼ਿਆਤੀ ਕੀਤੀ ਠੀਕ ਹੈ ਲੇਕਿਨ ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖਿਆ ਜੇ ਗੱਲ माजी ਦੀ ਕਰਦੇ ਹੋ ਉਸ ਤੁਹਾਨੂੰ ਕਰੋੜ ਕਰੋੜ ਗਾਲ ਕੱਢੀ ਤੁਸੀਂ ਮੈਨੂੰ ਆਖਿਆ ਇਸ माजी ਤੋਂ ਬਚੀ ਕਰੋੜ ਕਰੋੜ ਉਸ ਬੰਦੇ ਤੁਹਾਨੂੰ ਗਾਲ ਕੱਢੀ ਅੱਜ माजी ਤੋਂ ਬਗੈਰ ਤੁਸੀਂ ਚੱਲਦੇ ਨਹੀਂ ਯਾਰ ਮੇਰੀ ਗੱਲ ਯਾਦ ਰੱਖੋ ਕਿਉਂ ਯਾਰ ਆਮ ਨੂੰ ਫੁੱਦ ਬਣਾਇਆ ਜੇ ਕੁਝ ਜ਼ਰ 10 ਬੰਦੇ ਯਾਰ ਰਹਿ ਲੈਣ ਦੇ ਮੇਰੇ ਕੋਲ ਵੀ ਮੈਂ ਤੁਹਾਡਾ ਕੀ ਬਗਾੜਿਆ ਪੀਰ ਆਲਵੇਜ਼ ਮੇਰਾ ਟਾਪ 1 ਗਿਫਟਰ ਸਾਰੇ ਗਿਫਟਰ ਨੇ ਮੇਰੇ ਕੋਲ ਲੇਕਿਨ ਪੀਰ ਟਾਪ 1 ਗਿਫਟਰ ਹੈ ਕਿਉਂਕਿ ਉਹ ਭਾਈ ਉਹ ਟਾਪ 1 ਤੇ ਬਿਠਾ ਹੁੰਦਾ ਮੇਰੇ ਕੋਲ ਠੀਕ ਹੈ ਸਾਰੀਆਂ ਆਈਡੀਆਂ ਦਾ ਟਾਪ 1 ਮੈਂ ਖੋਲ ਕੇ ਵਖਾ ਦਿਨਾ 125 ਮਿਲੀਅਨ ਮੁੰਡਾ ਮਣ ਵਜਨ 1.5 ਮਹੀਨਿਆਂ ਦੇ ਵਿੱਚ 125 ਮਿਲੀਅਨ ਯੇ ਤਾਂ ਜਬ 15 ਦਿਨਾਂ ਵਿੱਚ 12 ਮਿਲੀਅਨ ਪੀਰ ਮਾਰਨ ਮੈਨੂੰ ਯਾਰ ਉਹ ਬੰਦਾ ਛੱਡ ਕੇ ਲਗਾ ਗਿਆ ਯਾਰ ਉਹ ਬੰਦਾ ਛੱਡ ਕੇ ਲਗਾ ਗਿਆ ਯਾਰ ਮੇਰੀ ਬਰੋੜ ਤੋਂ ਜਦਵਾ ਛੱਡ ਕੇ ਲਗਾ ਗਿਆ ਯਾਰ ਡਕੇਟੀ ਦੇ ਡਾਇਮੰਡ ਮਾਰ ਦਿੱਤੇ ਚੋਰੀਆਂ ਦੇ ਮਾਰ ਦਿੱਤੇ ਯਾਰ ਜਿਹਦੇ ਮਰਦੀ ਮਾਰ ਦਿੱਤੇ ਸਪੋਰਟ ਤੇ ਤੁਹਾਡੇ ਭਰਾ ਨੂੰ ਕੀਤੀ ਨਾ ਉਸ ਅਬ ਤੁਸੀਂ ਮੇਦੇ ਸਪੋਰਟ ਨਹੀਂ ਕਰਨੀ ਮੇਰੇ ਨਾਲ ਤੇ ਖਲੋ ਬਣਾ ਲਾਲਾ ਜੀ ਇੱਕ ਬਸ ਆਖਦੇ ਤੂੰ ਸਾਡੀ ਜੈਂਸੀ ਚ ਰਹਿ ਬਵੇਂ ਨਾ ਰਹਾ ਸੀ ਤੇਰੀ ਸਪੋਰਟ ਕਰਾਂਗੇ ਯਾਰ ਹੋਰ ਤਾਂ ਮੇ ਨਾਲ ਖਲੋਂਦਾ ਖਲੋਵਾ ਤਾਂ ਸਹੀ ਨਹੀਂ ਯਾਰ ਕੋਈ ਇੱਕ ਬਰੋਡਕਾਡਰ ਕੇ ਦੱਸੋ ਮੈਂ ਤੁਹਾਡੇ ਅਗੇਂਸਟ ਕੋ ਗੱਲ ਕੀਤੀ ਵਾ ਜਾ ਕੇ ਕਿਤੇ ਕਿ ਮੁਝੇ ਇਹਨੋ ਨੇ ਜ਼ਲੀਲ ਕਰ ਦਿਆ ਕੋਈ ਕੋਈ ਇੱਕ ਬਰੋਡਕਾਡਰ ਕੇ ਦੱਸੋ ਯਾਰ ਖੂਨ ਸਾਰਿਆਂ ਦੇ ਲਾਲ ਹੋਣੇ ਚਲਿਓ ਬੰਦਾ ਕਰਦਾਰ ਤੂੰ ਪਛਾਣਿਆ ਜਾਂਦਾ ਠੀਕ ਹੈ ਮੈਂ ਹਮੇਸ਼ਾ ਯਾਰੀ ਦਾ ਭਾਰ ਚੁੱਕਿਆ ਹਮੇਸ਼ਾ ਯਾਰੀ ਦਾ ਭਾਰ ਚੁੱਕਿਆ ਕੋਈ ਐਸੀ ਬਰੋਡਕਟੋ ਜਿੱਥੇ ਮੈਂ ਇਹਨਾਂ ਅੱਗੇ ਆ ਕੇ ਆ ਕੇ ਹੋਵੇ ਕਿ ਮੈਂ ਸਾਰਾ ਭਾਰ ਬਰ ਲੈਂਦੇ ਸਿਰ ਤੋ ਚੁੱਕ ਦਿੱਤਾ मैं बरलन वास्ते सारा कुछ मैं नुकसान मैं किए बर्दाश्त कित कोई एक बरोड़ दसो मैं जिथे ना आके हो बलन मैं तेरे नाराज हूँ ते मैं तेरे मुँह से आखा मैं नाराज हाँ तू पीर आख्या जाके पतलू में पुछ यार एक पास परा ना तो दूजे पास जाके पतलू से जवाब लो इसका और परा होट का मुड़ जवाब ना दे यारवाब लैन गया देख पीर गया नहीं यूसुफ की बरावट से लड़के नहीं आया यार साछे ऐ गल नहीं करी दी लाला जी जे मैं नाराज हाँ तो मुँह से हाँ जे नहीं नाराज तो मुँह से नहीं नाराज़ ठीक है मैं नहीं उठा इस टाइम मेरे को कोई एजेंसी नहीं ना किस नहीं मैं किसी एजेंसी ने ज्वाइन कर रहा ठीक है मैं कल वहां मैं कल आया सर टिकटॉक से मैं किसी की कोई एजेंसी ने ज्वाइन की मैं हर बंद एजेंसियां वेख भी ली हर बंद गई ठीक है यार मैन दुख लगे के, कि इस गल मैं तुम तो दसन लग अल इस फुलटोन नहीं आखिया यार सॉरी सो, यार तू परा है अपना लेकिन मैं गल सच्ची करांगा ठीक है कल इस फुलट ने बरोड़ से बह के आखे इस खान शेर ने आके बरोड़ से बह के कि कोई माइकल लाल उसका फेस बैन नहीं करा सकता अल्लाह द कसम मैंने आखते फेस ना तेरा फेस बैन हो जाए यार क्यों यार मैं मैं कि पढ़िया लिखा बंदा नहीं देता। मतलब ये कि तुझ यार मुन आखोगे आज इनकी एजेंसी में नहीं होता भाई मुझे कहते हैं कि तुम फेस के साथ आते तुम्हारा फेस कोई माइक लाल नहीं मैन करवा सकता अल्लाह का शुक्र है भाई मैं किसी एजेंसी में नहीं हूँ ठीक है मैं गल हमेशा हक सच दी करूंगा ये मेरा जाति उन्होंने इख्तलाफात ने जो भी एज ए गिफ्टर इज़ गुड गिफ्टर जिन्नी हुई उन्होंने दस डायमंड मारेन पारे रिस्पैक्ट है उन्होंने ठीक है लेकिन जो मैनू गुस्सा जो मैनू गिले मैं कराँगा भाई जान ਮੇਰੇ ਮੂੰਹ ਤੇ ਆ ਕੇ ਕਰਨ ਬਈ ਤੂੰ ਇੱਥੇ ਸਾਡੇ ਨਾਲ ਗਲਤ ਕੀਤੀ ਮੈਂ ਜਵਾਬ ਦੇਣ ਦਾ ਰਾ ਠੀਕ ਹੈ ਇਹ ਮਰਦ ਦੀ ਨਿਸ਼ਾਨੀ ਹੁੰਦੀ ਕਿ ਗੱਲ ਪਾਈ ਜਨ ਸਿੱਧੀ ਕਰੇ ਤੇ ਸਾਫ਼ ਕਰੇ ਜਿੱਥੇ ਦਿਲ ਕਰੇ ਉਹ ਖੁੱਲੋ ਕੇ ਕਰੇ ਠੀਕ ਹੈ ਇਹ ਜ ਖਾਂਦ ਸ਼ੇਰ ਨੂੰ ਪੁੱਛੋ ਇਸ ਗੱਲ ਨੂੰ ਬੰਦੇ ਬੰਦੇ ਨੂੰ ਜਾ ਕੇ ਸਾ ਕਿਹਾ ਭਾਈ ਪਤਲੂ ਹਮਾਰੀ ਬਾਤ ਨਹੀਂ ਮੰਨਦਾ ਯਾਰ ਕਿੰਗ ਆਫ ਦਿ ਬੈਕ ਉਹਨੂੰ ਵੀ ਵਿੱਚੋਂ ਕਈਆਂ ਚੀਜ਼ਾਂ ਦਾ ਨਹੀਂ ਪਤਾ ਠੀਕ ਹੈ ਉਹਨੂੰ ਆ ਕੇ ਮੈਂ ਮੋਬਾਈਲ ਫੜਾਇਆ ਉਸ ਉਸ ਬੰਦੇ ਕਸਮ ਝੁਕ ਜਾਣੀ ਹੈ ਜੋ ਉਸ ਕੀਤਾ ਨਾ ਉਸ ਕਸਮ ਝੁਕ ਜਾਏਗਾ ਉਹ ਬੰਦਾ ਠੀਕ ਹੈ ਉਹ ਝੁਕ ਜਾਏਗਾ ਕਸਮ ਕਿ ਭਾਈ ਅਸੀਂ ਕੀਤੀਆਂ ਨੇ ਡਿਲੀਟ ਉਹਨੇ ਕਿਸੇ ਦੇ ਪਿੱਛੇ ਨਹੀਂ ਲੱਗਣਾ ਮੈਂ ਉਸ ਬੰਦੇ ਨੂੰ ਜਾਣਣਾ ਠੀਕ ਹੈ ਉਹ ਕਸਮ ਝੁਕ ਜਾਏਗਾ ਜੋ ਮੈਂ ਕੀਤਾ ਨਾ ਉਹ ਕਹੇਗਾ ਵੀ ਹਾਂ ਵੀ ਇਸ ਬੰਦੇ ਕੀਤਾ ਠੀਕ ਹੈ ਉਸ ਬੰਦੇ ਆਪਣੇ ਹੱਥੀ ਆਈਡੀਆਂ ਪ੍ਰਾਈਵੇਟ ਕਰਕੇ ਡਿਲੀਟ ਕਰ ਦਿੱਤੀਆਂ ਫਿਰ ਆਈਡੀ ਕਿਵੇਂ ਬਾਹਰ ਨਿਕਲ ਗਈ ਹੈ ਸੱਚੀ ਗੱਲ ਯਾਰ ਆਵਾਮ ਨੂੰ ਦੱਸਿਆ ਕਰੋ ਮੇਰੇ ਕੋਲ ਤੇ ਮੈਂ ਹੁਣ ਆਇਆ ਮੇਰਾ ਪਿੰਡ ਪਿੱਛੇ ਤਰੋੜ ਫਰੋੜ ਕੇ ਰੱਖ ਦਿੱਤਾ ਯਾਰ ਠੀਕ ਹੈ ਮੇਰੇ ਟਾਪ ਦੇ ਗਿਫਟ ਲੱਗੇ ਗਿਆ ਯਾਰ ਸਮਝ ਆਈ ਵੇਖੋ 100 ਤੇ 50 ਮਿਲੀਅਨ ਰিসিਵਿੰਗ 1.5 ਮਹੀਨੇ ਦੇ ਵਿੱਚ ਜਿਹਦੇ ਦੇ ਵਿੱਚ ਖਾਨ ਦੇ ਸ਼ੇਰ ਨੇ ਫੁੱਲ ਟਨ ਨੇ 5 ਲੱਖ ਦਾ ਮਣ ਮਾਰਿਆ ਮੇਰੀ ਜਨਸੀ ਨੇ ਮੈਨੂੰ दबई दे, दे गिफ्टर यार उन्हें कम दस ना यार मेरे वो गिफ्टर लगे गए ठीक है मेरे वो गिफ्टर लगे गए न जिन्ना बारह पंद्रह दिन बारह मिलियन डेमेंट मारे मैन एक बंद दुख लगता यार जो मैं कुछ दस रुपये कमा लेते आ गया तो लाला जी माड़ी गल है कुछ मेरा मेरे को चीज़ा मे मैं ਇਹਦੇ ਏਡਾ ਬਗੈਰਤ ਇਨਸਾਨ ਨਹੀਂ ਕਿ ਯਾਰ ਮੈਂ ਜਾ ਕੇ ਲੋਕਾਂ ਦੇ ਇੰਟਰਵਿਊ ਲਵਾ ਮੈਨੂੰ ਦੁੱਖ ਲੱਗਾ ਆਲਵੇਜ਼ ਨੰਬਰ 1 ਯੂਸਫ ਹੀ ਹੋਏਗਾ ਹੋਸਟ ਮੰਨਨੇ ਇਸ ਚੀਜ਼ ਨੂੰ ਯੂਸਫ ਹੀ ਹੈ ਜੀ ਆਦੇ ਪਾਕਿਸਤਾਨੀ ਮੰਨ ਲਿਆ ਫੋਲਟਨ ਬੜਾ ਦੁੱਖ ਲੱਗਾ ਕੱਲ ਤੂ ਆ ਕੇ ਯੂਸਫ ਨੰਬਰ 1 ਨੇ ਤੇ ਜਦੋਂ ਮੈਂ ਸਾ ਤੂੰ ਤੱਕਿਆ ਨਾ ਸਰ ਪਤਲੂ ਇਸ ਨੂੰ ਨੰਬਰ 1 ਨੇ ਯਾਰ ਇਸ ਇਹ ਸਿਆਸਤ ਚ ਮੈਂ ਯਕੀਨ ਮਨੋ ਇਸ ਸਿਆਸਤ ਚ ਮੈਂ ਨਹੀਂ ਹਸਣਾ ਚਾਹਦਾ ਇਹਦੇ ਚ ਆ ਕੇ ਲਾਲਾ ਜੀ ਮੈਂ ਤੇ ਆਪਣਾ ਆਪ ਜ਼ਲੀਲ ਵੀ ਕੀਤਾ ਠੀਕ ਹੈ ਸਮਝ ਆਈ ਇਸ ਇੱਕ ਮੈਸੇਜ ਬਰਲਨ ਵਾਸਤੇ ਵੀ ਹੈ ਮੇਰਾ ਸਪੈਸ਼ਲ ਭਾਈ ਜਨ ਉਸ ਬੰਦੇ ਨੂੰ ਮੈਂ ਮੈਸੇਜ ਜ਼ਰੂਰ ਦਿਆਂਗਾ ਜਿਸ ਬੰਦੇ ਦੀ وجہ ਤੋਂ ਮੈਂ ਇਸ ਇਹ ਨੁਕਸਾਨ ਚੱਲਿਆ ਭਾਈ ਜਨ ਉਹਨੂੰ ਮੈਸੇਜ ਜ਼ਰੂਰ ਦਿਆਂਗਾ ਉਹਨੂੰ ਕਿਉਂ ਨਹੀਂ ਮੈਸੇਜ ਦਿਆਂਗਾ ਇੱਕ ਮਿੰਟ ਖਲੋ ਜੋ ਉਹਦੇ ਵਾਸਤੇ ਮੈਸੇਜ ਸਪੈਸ਼ਲ ਲੈਵੇ ਭਰਾਵਾ ਜਿਵੇਂ ਮੈਨੂੰ ਕਹਿਆ ਸੀ ਨਾ ਬਰਲੇ ਨੇ ਮੈਂ ਹੁਣ ਰਾਜ਼ ਫਾਸ਼ ਨਹੀਂ ਕਰਾਂਗਾ ਕਿਉਂਕਿ ਤੇਰੇ ਨਾਲ ਚੰਗਾ ਟਾਈਮ ਲੰਘਿਆ ਕੀ ਯਾਰ ਇਹਨਾਂ ਬੰਦੋ ਸੇ ਬਚ ਕੇ ਰਹਿਣਾ ਪਰਾਵਾ ਮੈਂ ਓਪਨ ਬਰੋਡ ਤੇ ਬੈਗਾ ਖਾਂਗਾ ਇਸ ਮਾਦੀ ਕੋਲ ਤੂੰ ਵੀ ਬਾਚ ਕਰਾ ਪਰਾ ਲੱਗ ਲਿਆ नेट लगा के अच्छा वे मेरे चंगे सोचा समझ आई मेरे तू चंगे आते सोचा मेरी किस्मत जो नुकसान फायदा रब जाने जो भी ठीक है नो वाइस अभी आवाज़ आ रही है मेरी आवाज़ आ रही है ओके अच्छा बंद ਭਰਾਵਾ ਤੂੰ ਵੀ ਇਹਦੇ ਕੋ ਬਚ ਕੇ ਰਹਿ। ਇਹ ਮੈਨੂੰ ਭਰਾ ਹਨ ਤੂੰ ਵੀ ਬਚ ਕੇ ਰਹਿ। ਮੈਂ ਕਿਸੇ ਬੰਦੇ ਨੂੰ ਇਹ ਕਹਿ ਰਿਹਾ ਨਾ ਮੈਂ ਮਨਾਫਾ ਕੋਈ ਨਹੀਂ ਲੈਣ ਦਾ ਟਿਕਟੋਕ ਤੇ। ਮੈਂ ਸਸਤੀ ਸ਼ੋਹਰਤ ਨਹੀਂ ਲੈਣ ਦੇਣੀ ਤੇ ਕਿਸੇ ਨੂੰ। ਕਿਸੇ ਦੇ ਪਿਓ ਦੀ ਟਿਕਟੋਕ ਨਹੀਂ। ਸਮਝ ਆਈ? ਕਿਸੇ ਅਜ ਤੱਕ ਪਿੰਡ ਦਾ ਨਾਂ ਨਹੀਂ ਲਿਆ। ਕਿਸੇ ਜਿਹਨੀ ਜੁਰਤ ਹੀ ਨਹੀਂ। ਠੀਕ ਹੈ। ਵੈਲਕਮ ਨਿਜ਼ਾਮ ਭਾਜੀ। ਮੇਰੇ ਪਿੰਡ ਦਾ ਨਾਂ ਲੈ ਕੇ ਜਾਂ मेरा नाम लेके किसे बंदे इंटरव्यू ਕੀਤਾ ਮੈਂ ਮੈਗ ਥਰੋੜ ਕੇ ਪਿੱਛੇ ਤੋਦਣ ਤੇ ਮੇਰੀ ਗੱਲ ਯਾਦ ਰੱਖਣੀ ਸਮਝ ਆਈਏ ਜੜੀ ਰਾਤ ਮੇਰੀ ਕਬਰੇ ਚ ਬਾਰ ਨਹੀਂ ਨਾ ਮੈਂ ਕਿਸੇ ਦੇ ਸਾਹਮਣੇ ਝੁਕਣਾ ਨਾ ਕਿਸੇ ਚ ਨਹੀਂ ਜੁਰਤ ਹੈ ਕਿ ਮੈਨੂੰ ਕੋਈ ਚੁਕਾ ਸਕਦਾ ਠੀਕ ਹੈ ਜੜੀ ਇੱਜ਼ਤ ਮੈਂ ਰੱਬ ਦੇਣੀ ਉਹ ਦੇਣੀ ਸਮਝ ਆਈ ਲਾਲਾ ਮੇਰਾ ਇਹ ਤੇਰੇ ਵਾਸਤੇ ਮੈਸੇਜ ਹੈ ਠੀਕ ਹੈ بس زندگی ਜੀ ਜੋ ਮਰਜ਼ੀ ਕਰ ਮੇਰਾ ਇਖਲਾਫ ਤੇਰੇ ਨਾਲ ਹੋਏਗਾ ਮੈਂ ਤੈਨੂੰ ਆਖਾਂਗਾ ਠੀਕ ਹੈ ਮੇਰੇ ਨਾਲ ਤੂੰ ਜੋ ਕੀਤਾ ਮੇਰੇ ਚੰਗੇ ਆਸਤੇ ਕੀਤਾ ਜਾਂ ਭੜੇ ਆਸਤੇ ਕੀਤਾ ਜਾਂ ਜਿਵੇਂ ਕੀਤਾ ਹੀ ਅੱਜ ਵੀ ਤੈਨੂੰ ਜੱਟ ਆਪਣੀ ਬਰੋੜ ਤੇ ਬਹਿ ਕੇ ਤੈਨੂੰ ਭਰਾ ਦੀਆਂ ਲਫਜ਼ਾਂ ਨਾਲ ਤੈਨੂੰ ਪੁਕਾਰ ਰਿਹਾ ਵੀ ਤੂੰ ਭਰਾ ਹੈ ਆਪਣਾ ਠੀਕ ਹੈ ਪਰ ਜਿਵੇਂ ਮਨੂੰ ਕੁਝ ਲੋਕਾਂ ਤੋਂ ਰੋਕਿਆ ਸੀ ਨਾ ਅੱਜ ਤੈਨੂੰ ਜੱਟ ਧੋਖ ਰਿਹਾ ਇਸ ਮਾਦੀ ਕੋਲੋਂ ਤੂੰ ਵੀ ਜਾਣ ਛਡਾਲਾ ਠੀਕ ਹੈ ਯਕੀਨ ਮੰਨ ਇਹ ਮਾਦੀ ਤੁਹਾਡੇ ਜਵੜਿਆ ਤੇ ਤੁਸੀਂ ਇੱਥੋਂ ਤੱਕ ਪਹੁੰਚੇ ਠੀਕ ਹੈ ਤੁਹਾਨੂੰ ਮੈਂ ਜਨਮਨ ਗੱਲ ਦੱਸ ਰਿਹਾ ਇਸ ਇਸ ਟਕਾ ਵੀ ਨਹੀਂ ਮਾਰਨਾ ਕਿਸੇ ਨੂੰ ਸਮਝ ਆਈ ਇਹ ਟਕਾ ਮਾਰੇ ਵੀ ਤਾਂ ਸਾਨੂੰ ਇਹਦਾ ਟਕਾ ਨਹੀਂ ਜਾਇਦਾ ਮੈਂ ਕਿਸੇ ਬੰਦੇ ਨੂੰ ਸਸਤੀ ਸ਼ੌਹਰਤ ਨਹੀਂ ਲੈਣ ਦੇਣੀ ਕਿਸੇ ਦੇ ਪਿਓ ਦੀ ਟਿਕ ਟਾਕ ਨਹੀਂ ਹਿੱਤੇ ਠੀਕ ਹੈ ਇਹ ਮੇਰੀ ਗੱਲ ਯਾਦ ਰੱਖੋ ਠੀਕ ਹੈ ਜੜੀ ਗੱਲ ਹੱਕ ਦੀ ਹੋਈ ਮੈਂ ਕਰਾਂਗਾ ਮੈਂ ਕਿਸੇ ਦੇ ਪਿਓ ਕੋਲ ਨਹੀਂ ਡਰਦਾ ਠੀਕ ਹੈ ਆ ਕੇ ਭਾਈ ਜੇ ਇਸ ਬੰਦੇ ਮੇਰੀ ਲੱਤ ਬੰਨੀ ਪਾਲ ਲੋ ਮੈਂ ਇੱਥੇ ਬੈਠਾਂ ਦਬਈ ਬੈਠਾਂ ਠੀਕ ਹੈ ਬਾਕੀ ਹਮੇਸ਼ਾ ਮੇਰੀ ਗੱਲ ਯਾਦ ਰੱਖੋ ਕਿਸੇ ਬੰਦੇ ਨੂੰ ਕੋਈ ਇਜਾਜ਼ਤ ਨਹੀਂ ਮੇਰੇ ਪਿੰਡ ਦੇ ਬਾਰੇ ਕੋਈ ਕੁਐਸਚਨ ਕਰੇ ਜਾਂ ਮੇਰੇ ਬਾਰੇ ਕੋਈ ਕੁਐਸਚਨ ਕਰੇ ਜਾਂ ਮੇਰੇ ਕਿਸੇ ਗਿਫਟਰ ਦੇ ਬਾਰੇ ਕੁਐਸਚਨ ਕਰੇ ਯਾਨੀ ਜੁਰਤ ਨਹੀਂ ਰੱਖਦਾ ਕੋ ਬੰਦਾ ਠੀਕ ਹੈ ਅਗਰ ਕੋਈ ਇਹਨਾ ਕੁਐਸਚਨ ਕਰਦਾ ਸਾਡੇ ਪਿੰਡ ਦੀ ਨਜ਼ਰਾਂ ਦੇ ਵਿੱਚ ਉਹਦੀ ਕੋਈ ਔਕਾਤ ਨਹੀਂ ਠੀਕ ਹੈ ਉਹ ਸਾਡੇ ਪਹਿਲਾ ਲੈਵਲ ਤੇ ਆਵੇ ਇੱਕ ਵਾਰੀ ਠੀਕ ਹੈ ਸਾਡੇ ਪਿੰਡ ਜਾ ਕੇ ਜ਼ਰਾ ਮਿਹਨਤ ਕਰੇ ਇੱਕ ਵਾਰੀ ਦਸਵੀਂ ਤੱਕ ਪੇਪਰ ਦੇਵੇ ਇੱਕ ਵਾਰੀ ਠੀਕ ਹੈ ਫਿਰ ਅਸੀਂ ਉਹ ਸਮਝਾਂਗੇ ਵੀ ਤੇਰੇ ਸੀ ਕੁਐਸਚਨ ਦਾ ਜਵਾਬ ਦੇਣਾ ਅਸੀਂ ਤੈਨੂੰ ਇਸ ਲੈਵਲ ਦੇ ਨਹੀਂ ਸਮਝਦੇ ਸੀ ਤੈਨੂੰ ਆਨਸਰ ਸਮਝ ਆਈ ਤੂੰ ਬੰਦੇਆਂ ਕੋਲ ਜਾ ਕੇ ਕੁਐਸਚਨ ਕਰਦਾ ਹੁਣ ਆਇਆ ਤੇਰਾ ਪਿਓ ਸਾਹਮਣੇ ਹੁਣ ਮੇਰੇ ਕੋਲ ਕੁਐਸਚਨ ਕਰ ਦੇ ਨਾ ਦੱਸਾਂ ਮੈਂ ਤੂੰ ਕਿਵੇਂ ਕੁਐਸਚਨ ਕਰਨਾ ਹੈ ਤੇਨ ਮੈਂ ਕੁਐਸਚਨ ਤੇ ਤੇਨ ਮਕਰਾ ਲਾ ਇੱਕ ਵਾਰੀ ਤੇਰੂੰ ਮੈਂ ਐਂਕਰੀ ਤੇ ਕਰਾ ਲਾਂ ਐਂਕਰ ਆਖੀ ਤੱਕ ਇਹਨੂੰ ਐ ਮੈਂ ਸਵਾਲ ਕਰਾਂ ਤੈਨੂੰ ਪਸੀਨਾ ਛੁੱਟ ਜਾਣਾ ਸਮਝ ਆਈਏ ਤੂੰ ਮੇਰੇ ਬੰਦੇਆਂ ਕੋਲ ਕੁਐਸਚਨ ਕਰਨਾ ਹੈ ਉਹਨਾਂ ਦੇ ਲੈਵਲ ਤੇ ਪਹੁੰਚ ਲਾ ਪਹਿਲਾਂ ਉਹ ਜਿਸ ਬੰਦੇ ਕੋਲ ਤੂੰ ਕੁਐਸਚਨ ਕੀਤੇ ਨਪੀਰ ਕੋਲ 40 ਪਲੱਸ ਹੋ ਗਿਆ ਚਾਰ ਆਈਡੀਆਂ ਸਮਝ ਆਈ ਤੇਰੇ ਵਰਗੇ ਬੰਦੇ ਉਹਦੇ ਘਰ ਕੰਮ ਕਰਦੇ ਨੇ ਤੁਹਾਡੇ ਕੋਲ ਸਵਾਲ ਕਰਨਾ ਹੈ ਮਤੇ ਤਨ ਮੈਂ ਸਵਾਲ ਕਰਾ ਲਾ ਮੇਰੇ ਪਿੰਡ ਦਾ ਕੋਈ ਵੀ ਗਿਫਟਰ ਮੇਰੇ ਪਿੰਡ ਦਾ ਇੱਕ ਇੱਕ ਵੀਵਰ ਕਿਸੇ ਬੰਦੇ ਨੂੰ ਕੋਈ ਜਵਾਬ ਨਹੀਂ ਦੇਣਾ ਤੁਹਾਡੇ ਲੈਵਲ ਦੇ ਨਹੀਂ ਉਹ ਬੰਦਾ ਠੀਕ ਹੈ ਸਮਝ ਆਈ ਪਹਿਲਾਂ ਮੇਰੇ ਡਬਲ ਟੈਪ ਕਰਨ ਵਾਲੇ ਬੰਦੇ ਦੇ ਲੈਵਲ ਤੇ ਆਵੇ ਬਸ ਸਮਝ ਆਈਏ ਬਕਾਇਆ ਗੱਲ ਬਾਤ ਅੱਜ ਕਰਨੀ ਮੇਰੇ ਗਿਫਟਰ ਦੇ ਲੈਵਲ ਤੇ ਬੜੀ ਦੂਰ ਦੀ ਗੱਲ ਹੈ ਸਮਝ ਆਈ ਮੇਰੇ ਪਿੰਡ ਦੇ ਵਿੱਚ ਜਿਹੜੇ ਜਿਹੜੇ ਬੰਦੇ ਦੀ ਖੇਦਮਤ ਉਹ ਬੜੀ ਦੂਰ ਦੀ ਗੱਲ ਏ ਠੀਕ ਹੈ ਆਖਰੀ ਗੱਲ ਕਲੀਅਰ ਕਰਕੇ ਲਗਾ ਜਾਵਾਂਗਾ ਆਲਵੇਜ਼ ਰਿਸਪੈਕਟ ਹੋਆ ਉਸ ਬੰਦੇ ਦੀ ਜਿਸ ਬੰਦੇ ਸਾਡਾ ਸਾਥ ਦਿੱਤਾ ਠੀਕ ਹੈ ਮੈਂ ਪਹਿਲੇ ਦਿਨ ਵੀ ਇਹ ਗੱਲ ਕੀਤੀ ਸੀ ਅੱਜ ਵੀ ਇਹ ਗੱਲ ਕਰਾਂਗਾ ਠੀਕ ਹੈ ਜੋ ਮਰਜ਼ੀ ਹੈ ਇਖਲਾਫ ਜਿੰਨੇ ਮਰਜ਼ੀ ਠੀਕ ਹੈ ਹਮੇਸ਼ਾ ਕੋਈ ਵੀ ਬੰਦਾ ਕੰਮ ਕਰਦਾ ਹੈ ਅੱਛੇ ਹਾਸਤੇ ਕਰਦਾ ਹੈ ਮੈਂ ਵੀ ਆ ਮੈਂ ਵੀ ਕੋਈ ਅੱਛੇ ਹੱਥ ਕਰਾਂਗਾ ਅਗਰ ਮੇਰੇ ਵਾਸਤੇ ਕੋਈ ਬੁਰਾ ਬਣ ਗਿਆ ਉਹ ਮੇਰੀ ਕਿਸਮਤ ਹੈ ਠੀਕ ਹੈ ਕਿਉਂਕਿ ਮੈਂ ਇਹ ਗੱਲ ਕਹਿੰਦਾ ਰੋਜ਼ ਕਿ ਜਿਹੜਾ ਫੁੱਲ ਮਰਨ ਵਾਲਾ ਬੰਦਾ ਹੈ ਉਹ ਵੀ ਇੱਕ ਬਰਾਬਰ ਹੈ ਠੀਕ ਹੈ ਫੋਲਟੋਂ ਦੀ ਗੱਲ ਰਹਿ ਗਈ ਕਿੰਗ ਇਸ ਬੈਗ ਦੀ ਰਹਿ ਗਈ ਬਰਲਿੰਗ ਦੀ ਰਹਿ ਗਈ ਉਹ ਵੀ ਸਾਡੇ ਗਿਫਟਰ ਰਹਿ ਚੁਕੇ ਠੀਕ ਹੈ ਉਹਨਾਂ ਵੀ ਸਾਨੂੰ ਗਿਫਟਿੰਗ ਕੀਤੀ ਠੀਕ ਹੈ ਜਿਸ ਬੰਦੇ ਜਿੰਨਾ ਜਿੰਨਾ ਸਾਥ ਦਿੱਤਾ ਉਹਨਾਂ ਦੀ ਬੜੀ ਮਿਹਰਬਾਨੀ ਅਗਰ ਮੈਂ ਕਿਸੇ ਨਾਲ ਨਾਰਾਜ਼ ਹੋਵਾਂਗਾ ਤੇ ਮੌਨ ਦੇ ਮੁੱਟਿਆ ਮਾਂ ਬਾ ਠੀਕ ਹੈ ਬਰਲਨ ਨਾਲ ਭਾਈਆ ਬਰਲਨ ਮੇਰੇ ਨਾਲ ਤੂੰ ਜ਼ਾਤੀ ਮੇਰੇ ਖਿਲਾਫ ਕੋਈ ਗੱਲ ਨਹੀਂ ਕੀਤੀ ਮੈਂ ਤੇਨਾਂ ਕੋਈ ਨਾਰਾਜ਼ ਨਹੀਂ ਮੈਂ ਤੇਨਾਂ ਥੋੜਾ ਗੁੱਸੇ ਆ ਬਾਕੀ ਨਹੀਂ ਫੁੱਲ ਟਨ ਮੈਂ ਤੇਨਾਂ ਨਾਰਾਜ਼ ਆ ਖਾਨ ਦਾ ਸ਼ੇਰ ਮੈਂ ਤੇਨਾਂ ਨਾਰਾਜ਼ ਆ ਠੀਕ ਹੈ ਰਹੀ ਕਹਿੰਗੇ ਤੇ ਬੈਕ ਦੀ ਗੱਲ ਮੈਨੂੰ ਤੇਰੇ ਤੇ ਕੋਈ ਗਿਲਾ ਨਹੀਂ ਮੇਰੇ ਬਾਰੇ ਤੂੰ ਕੋਈ ਗੱਲ ਨਹੀਂ ਕੀਤੀ ਠੀਕ ਹੈ ਤੂੰ ਆਲਵੇਡ ਪ੍ਰਾਏ ਤੂੰ ਪ੍ਰਾ ਰਹੇਗਾ ਸਾਡਾ ਠੀਕ ਹੈ ਬਗੈਰ ਜਨਸੀ ਤੋਂ ਵੀ ਔਰ ਜਨਸੀ ਦੁਲਾਵੇ ਮੇਰਾ ਤੇਰੇ ਨਾਲ ਘਰ ਤੱਕ ਤਲਕ ਹੈ ਠੀਕ ਹੈ ਮੇਰਾ ਇਸ ਬੰਦੇ ਨਾਲ ਕਿੰਗ ਇਸ ਬੈਗ ਨਾਲ ਘਰ ਤੱਕ ਲੱਗੇ ਇਹ ਮੇਰਾ ਭਰਾ ਹੈ ਭਰਾ ਰਹੇਗਾ ਹਮੇਸ਼ਾ ਠੀਕ ਹੈ ਇਹਦਾ ਕਿਸੇ ਨਾਲ ਕੋਈ ਵੀ ਰਿਲੇਸ਼ਨ ਹੈ ਜਾਂ ਕੋਈ ਵੀ ਇਹਦਾ ਕਿਸੇ ਨਾਲ ਮਸਲਾ ਹੈ ਉਹਨਾਂ ਦਾ ਆਪਸ ਵਿੱਚ ਹੈ ਠੀਕ ਹੈ ਮੇਰਾ ਇਹਦੇ ਨਾਲ ਕੋਈ ਕਲੈਸ਼ ਨਹੀਂ ਮੇਰਾ ਇਹਦੇ ਨਾਲ ਕੋਈ ਇਖਤਲਾਫات ਨਹੀਂ ਕਿੰਗ ਇਸ ਬੈਗ ਭਰਾ ਹੈ ਆਪਣਾ ਹਮੇਸ਼ਾ ਭਰਾ ਰਹੇਗਾ ਉਹਨੇ ਮੇਰੇ ਖਿਲਾਫ ਕਦੀ ਕੋਈ ਜਾ ਕੇ ਕਿਤੇ ਗੱਲ ਨਹੀਂ ਕੀਤੀ ਮੈਂ ਉਹਦੇ ਖਿਲਾਫ ਕਦੀ ਕਿਸੇ ਕਿਸੇ ਪਾਸੇ ਗੱਲ ਨਹੀਂ ਕਰਾਂਗਾ ਠੀਕ ਹੈ ਜਦ ਨਾਲ ਮੇਰਾ ਗੁੱਸਾ ਹੋਏਗਾ ਮੈਂ ਗੱਲ ਕਰਾਂਗਾ ਜ਼ਰੂਰ ਠੀਕ ਹੈ ਬਾਕੀ ਐਂਕਰ ਨੂੰ ਤਾਂ ਫਿਰ ਮੈਂ ਟੱਕਰ ਦਾ ਰਾਂਗਾ ਰੋਜ਼ ਅੱਲਾ ਹਾਫਿਜ਼ ਆਪਣਾ ਖਿਆਲ ਰੱਖੇ